ਹਿੰਦੂ ਵੀਰਾਂ ਨੂੰ ਬੇਨਤੀ ਕਰਦਾ ਮੈਂ ਜਿੱਥੇ ਜਗਰਾਤੇ ਆਰਤੀਆਂ ਕਰਾਉਂਦੇ ਆ ਰਲ ਮਿਲ ਕੇ ਸਾਹਿਬ ਪਾਠ ਖੰਡ ਪਾਠ ਸਾਹਿਬ ਕਰਾਇਆ ਕਰੋ ਜੇ ਅੱਜ ਕੇਵਲ ਤੇ ਕੇਵਲ ਮੰਦਰਾਂ ਦੇ ਵਿੱਚ ਜੋਤਾਂ ਜਗਦੀਆਂ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਦੇਣ ਆ ਤੇ ਜਿਹੜੀ ਉਹਨਾਂ ਦੀਆਂ ਆਂਦਰਾਂ ਸੀ ਉਹਦੀਆਂ ਬੱਤੀਆਂ ਵੱਟ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਬੀ ਦੇ ਨਾਲ ਦੀਵੇ ਜਿਹੜੇ ਮੰਦਰਾਂ ਚ ਬਲਦੇ ਪਏ ਹੋ ਮੋਟੇ ਮੋਟੇ ਟਲ ਲਾਏ ਜਿਹੜੇ ਵਜਾਉਂਦੇ ਆ ਇਹ ਸਭ ਗੁਰੂ ਤੇਗ ਬਹਾਦਰ ਸਾਹਿਬ ਦੀ ਦੇਣ ਆ ਤੁਹਾਡੀ ਕੋਈ ਟੋਪੀ ਨਹੀਂ ਸੀ ਹੋਣੀ ਉਹ ਤੁਹਾਡੀਆਂ ਕੋਈ ਜੋਤਾਂ ਨਹੀਂ ਸੀ ਮੰਦਰਾਂ ਚ ਜਗਣੀਆਂ ਜੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਨਾ ਹੁੰਦੇ ਤੁਹਾਡੀ ਕੋਈ ਬੋਧੀ ਨਹੀਂ ਸੀ ਹੋਣੀ ਤੇ ਖਾਲਸੇ ਦੇ ਨਾਲ ਤੋਤਾ ਨਾ ਕਰੋ ਇਹਨਾਂ ਨੇ ਹੀ ਗੁਰੂ ਦੇ ਪਿਆਰ ਵਾਲਿਓ ਤੁਹਾਡੇ ਕੰਮ ਆਉਣਾ ਤੁਹਾਡੇ ਭਰਾ ਵਾ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਪਿਆਰੇ ਦਰਸ਼ਕੋ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ ਵਿਚਕਾਰ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਜਿੱਥੇ ਕਿ ਮੇਰੇ ਨਾਲ ਬਾਬਾ ਪ੍ਰਗਟ ਸਿੰਘ ਜੀ ਬੈਠੇ ਨੇ ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਸੰਗਤਾਂ ਬੈਠੀਆਂ ਨੇ ਸੋ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਅੱਜ ਦਿਹਾੜਾ ਉਸਦੇ ਬਾਰੇ ਵਿਚਾਰ ਚਰਚਾ ਕਰਦੇ ਹਾਂ ਇਹਨਾਂ ਦੇ ਨਾਲ ਸੋ ਆਓ ਇੱਕ ਵਾਰੀ ਮੈਂ ਬੇਨਤੀ ਕਰਾਂ ਦਰਸ਼ਕਾਂ ਨੂੰ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਆਓ ਗੱਲਬਾਤ ਕਰਦੇ ਹਾਂ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਚ ਵਸਣ ਵਾਲਿਆਂ ਨੂੰ ਫਤਿਹ ਦੀ ਸਾਂਝ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰ ਵਾਲਿਓ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਟਲ ਸਚਾਈ ਤੇ ਦੇਸ਼ਾਂ ਵਿਦੇਸ਼ਾਂ ਚ ਗੁਰੂ ਖਾਲਸਾ ਮਨਾ ਰਿਹਾ ਵਾ ਇਹ ਕਿਉਂ ਹੋਈ ਸ਼ਹੀਦੀ ਇਹਦਾ ਕਾਰਨ ਹੀ ਸ਼ਹੀਦੀ ਹੋਣ ਦਾ ਗੁਰੂ ਜੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਰਾਜ ਰਹੇ ਸੀ ਤੇ ਕਸ਼ਮੀਰ ਦੇ ਪੰਡਤ ਸ਼ਿਵ ਦੱਤ ਦੀ ਅਗਵਾਈ ਹੇਠ ਜਦੋਂ ਔਰੰਗਜ਼ੇਬ ਸਵਾ ਮਣ ਜੰਜੂ ਲਾ ਕੇ ਫੇਰ ਰੋਟੀ ਖਾਂਦਾ ਸੀ ਸਵਾ ਮਣ ਜੰਜੂ ਲਾ ਕੇ ਫੇਰ ਰੋਟੀ ਖਾਣੀ ਤੇ ਜਿੰਨੇ ਵੀ ਕਸ਼ਮੀਰ ਦੇ ਪੰਡਿਤ ਹਿੰਦੂ ਲੋਕ ਉਹਨਾਂ ਦਾ ਜਿਉਣਾ ਹਰਾਮ ਹੋ ਗਿਆ ਤੇ ਤੜਫ ਉੱਠੇ ਸੀ ਤੇ ਕੁਝ ਵੀ ਜਿਉਣਾ ਉਹਨਾਂ ਦਾ ਬਾਕੀ ਨਹੀਂ ਸੀ ਪਰ ਉਸ ਵਕਤ ਗੁਰੂ ਕੇ ਸਿੱਖ ਨੇ ਆਖਿਆ ਜੇ ਬਚਾ ਸਕਦਾ ਤੁਹਾਡੇ ਧਰਮ ਨੂੰ ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਆ ਉਹਨਾਂ ਕੋਲੇ ਪਹੁੰਚੋ ਉਹਨਾਂ ਨੇ ਫਿਰ ਪਹੁੰਚ ਕੇ ਗੁਰੂ ਜੀ ਦੇ ਕੋਲ ਫਰਿਆਦ ਕੀਤੀ ਮੂੰਹ ਦੇ ਵਿੱਚ ਘਾ ਲੈ ਕੇ ਗਲ ਦੇ ਵਿੱਚ ਪੱਲਾ ਪਾ ਕੇ ਮਹਾਰਾਜ ਸਾਡਾ ਔਰੰਗਜ਼ੇਬ ਨੇ ਧਰਮ ਨਸ਼ਟ ਕਰੀ ਜਾਂਦਾ ਚਾਹੇ ਤਾਂ ਕਹਿੰਦਾ ਸਲਾਮ ਕਬੂਲ ਕਰ ਲੋ ਨਹੀਂ ਤਲਵਾਰ ਦੀ ਧਾਰ ਨਗਾਈ ਜਾਂਦਾ ਮਹਾਰਾਜ ਆਂਦੇ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਨੌਵੇਂ ਪਾਤਸ਼ਾਹ ਕੱਲੇ ਨੂੰ ਤੁਸੀਂ ਮੁਸਲਮਾਨ ਬਣਾ ਲਓ ਤੇ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ ਪਰ ਗੁਰੂ ਜੀ ਨੇ ਜਦੋਂ ਇਹ ਉੱਤਰ ਦਿੱਤਾ ਤੇ ਕਸ਼ਮੀਰ ਦੇ ਪੰਡਤਾਂ ਵੱਲੋਂ ਔਰੰਗਜ਼ੇਬ ਨੂੰ ਸੁਨੇਹਾ ਪਹੁੰਚਿਆ ਉਹਨੇ ਕਿਹਾ ਬਹੁਤ ਇਹ ਤਾਂ ਖੁਸ਼ੀ ਦੀ ਗੱਲ ਆ ਜਿਹਦੇ ਕਰਕੇ ਇੱਕ ਬੰਦੇ ਨੂੰ ਮੁਸਲਮਾਨ ਕਰਨ ਚ ਸਾਰਾ ਹੀ ਹਿੰਦੂ ਤਬਕਾ ਮੁਸਲਮਾਨ ਬਣਦਾ ਤੇ ਕੋਈ ਸੌਦਾ ਮਹਿੰਗਾ ਨਹੀਂ ਉਹਨੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਸਿਪਾਹੀ ਭੇਜਣ ਦੀ ਖੇਚਲ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਸਿਪਾਹੀ ਭੇਜਣ ਦੀ ਲੋੜ ਨਹੀਂ ਅਸੀਂ ਆਪ ਆਵਾਂਗੇ ਤੇਰੇ ਕੋਲ ਚੱਲ ਕੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਪੜਾਵਾਂ ਦੇ ਵਿੱਚ ਰਸਤੇ ਦੇ ਵਿੱਚ ਦੀ ਆਗਰੇ ਹੁਣ ਠਹਿਰਦੇ ਹੋਏ ਮਹਾਰਾਜ ਆਗਰੇ ਤੋਂ ਗ੍ਰਿਫਤਾਰ ਕਰਕੇ ਜਦੋਂ ਦਿੱਲੀ ਕਤਵਾਲੀ ਦੇ ਵਿੱਚ ਲੈ ਗਏ ਆ ਤੇ ਉੱਥੋਂ ਦਾ ਜਿਹੜਾ ਖਵਾਜਾ ਅਬਦੁੱਲਾ ਉਹ ਕਤਵਾਲੀ ਦਾ ਉਸ ਵਕਤ ਮੋਤਬਾਰ ਜਿਵੇਂ ਅੱਜ ਥਾਣੇਦਾਰ DSP ਰੈਂਕ ਹੁੰਦਾ ਵਾ ਗੁਰਮੁਖੋ ਪਿਆਰੋ ਕਤਵਾਲੀ ਦਾ ਮਾਲਕ ਸੀ ਉਸ ਵਕਤ ਦਰੋਗੇ ਨੂੰ ਉਸ ਵਕਤ ਗੁਰੂ ਦੇ ਪਿਆਰ ਵਾਲਿਓ ਗੁਰੂ ਜੀ ਨੂੰ ਜੇਲ੍ਹ ਦੇ ਵਿੱਚ ਕੈਦ ਕਰ ਦਿੱਤਾ ਗੁਰੂ ਜੀ ਨੂੰ ਕੈਦ ਕਰਕੇ ਨਾਲ ਭਾਈ ਕਿਹੜੇ ਕਿਹੜੇ ਸਿੱਖ ਸੀ ਉਹਨਾਂ ਦਾ ਜ਼ਿਕਰ ਕਰੀਏ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਇਹ ਗੁਰੂ ਜੀ ਦੇ ਨਾਲ ਸੀ ਉਸ ਵਕਤ ਅੱਗੇ ਜ਼ਿਕਰ ਕੀਤਾ ਸੀ ਭਾਈ ਉਦੇ ਦਾ
भाई गुरदत्ता जी का भाई जैते का भाई जैता जी मुख गड़वई की ड्यूटी जिवें नवाई दी गुरु तेग बहादुर साहब जी दे नाल ओह ड्यूटी निभा रहे सी उस वक्त जदों 57 श्लोक 9 शब्द गुरु जी ने दर्ज किए ओह गुरियाई की सेवा भी भाई जैते ने निभाई फिर सीस ले जाण दी जदों भाई दयाला जी भाई मती दास सती दास इन्हां नूं भाई दयाला जी नूं देग दे विच बालिया गया ते आख्या गया जालमा वालों गुरु जी तुहाडा हजर होवेगा जे तुसी ना सलाम कबूल कीती तां गुरु जी बाणी पढ़ रहे सी अरदोल उस वक्त रूह च लपेट के भाई मती दास नूं भी अग ला दित सती दास नूं भी अग ला दित्ती मती दास नूं आरे दे नाल दो फाड़ कीता गया भाई भाई मती दास ते सती दास शहीद हो चुके सी भाई जैता ते भाई गुरु तेग बहादुर साहब जी महाराज उस वक्त ते भाई जैता जी पुछदे सी महाराज एहो जे हालात माड़िया दे विच किवें सीस दिलियो मैं ले जावांगा किवें सलोक ले जावांगा किवें गरियाई ते गद्दी ले जावांगा जे नसीबा औरंगजेब दी लड़की जिहड़ी कहिंदी सी मां दूजे औरंगजेब नूं जिथे सिंह शहीद किए जाते चांदनी चौंक दे विच पिता जी मैनू ही लैके चलो पर की आखदी लड़की हाया दया आ गई मन दे विच कहण लगी इसे नवे नानक ने गुरु नानक साहब जी ने आपां नूं गरियाइयां बख्शियां पातशाहियां बख्शियां तुसी औरंगजेब नूं कहण लगे इन्हां ते तलवार नहीं चलाउणी जदों ये आख्या तां औरंगजेब ने जेल का हुक्म भेज दिता इस नूं भी गिरफ्तार करके जेल दे विच भेजिया जावे गुरु दे प्यार वालिओ उस दिल्ली दे विच मक्खियां वांग सिपाही कंधां दे नाल लगे पए सी बड़े करड़े घेरे पए सी आदे जिहड़ा आवाज दिंदा जांदा सी पीपा वजाउंदा चौकीदार आंदा सी जागो भईओ जागो बड़े जकारे लाउंदा जांदा सी कोई जाग न सौ ना जावे सिपाही ते नवे पातशाह गुरु तेग बहादुर साहब जी दा सीस ते धड़ना ठा के लै जावे जिहड़ा गुरद्वारा रकाब गंज आ ਉਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਾਈ ਕਲਿਆਣੇ ਦੀ ਧਰਮਸ਼ਾਲਾ ਬਣਾਈ ਸੀ ਉਸ ਧਰਮਸ਼ਾਲਾ ਦੇ ਵਿੱਚ ਭਾਈ ਗੁਰਦਿੱਤਾ ਜੀ ਭਾਈ ਆਗਿਆ ਰਾਮ ਬਾਬਾ ਸਦਾ ਆਨੰਦ ਜੀ ਭਾਈ ਜੈਤੇ ਦੇ ਪਿਤਾ ਜੀ ਉਹ ਉਹਨਾਂ ਦਾ ਘਰ ਅਤੇ ਜਿਹੜੀ ਧਰਮਸ਼ਾਲਾ ਸੀ ਉੱਥੋਂ ਗੁਰਮੁਖੋ ਪਿਆਰਿਓ ਆਨੰਦਪੁਰ ਸਾਹਿਬ ਤੋਂ ਆਣ ਕੇ ਵਿਉਂਤ ਬੰਦੀ ਬਣਾ ਕੇ ਇਹ ਫਿਰ ਸੀਸ ਭਾਈ ਜੈਤਾ ਜੀ ਲੈ ਕੇ ਗਏ ਤੇ ਜਿਹੜਾ ਧੜ ਦਾ ਸੰਸਕਾਰ ਸੀ ਉਹਨਾਂ ਦੇ ਵੱਡ ਵਡੇਰਿਆਂ ਨੇ ਕੀਤਾ ਦੇਸ਼ਾਂ ਵਿਦੇਸ਼ਾਂ ਚ ਵਸ ਰਿਹਾ ਗੁਰੂ ਖਾਲਸਾ ਗੁਰੂ ਤੇਗ ਬਹਾਦਰ ਸਾਹਿਬ ਦੀ ਮੈਂ ਹਿੰਦੂ ਵੀਰਾਂ ਨੂੰ ਆਹਨਾ ਕੁਰਬਾਨੀ ਨੂੰ ਭੁੱਲੋ ਨਾ ਅੱਜ ਕਈ ਮੀਡੀਆ ਤੇ ਕਹਿਣ ਦਾ ਸਾਡਾ ਸਿੱਖਾਂ ਨੇ ਕੀ ਕੀਤਾ ਸਾਡੇ ਵਾਸਤੇ ਗੁਰੂਆਂ ਨੇ ਕੀ ਕੀਤਾ ਜੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਨਾ ਹੁੰਦੇ ਤੁਹਾਡੀ ਕੋਈ ਬੋਦੀ ਨਹੀਂ ਸੀ ਹੋਣੀ ਤੁਹਾਡੀ ਕੋਈ ਟੋਪੀ ਨਹੀਂ ਸੀ ਹੋਣੀ ਉਹ ਤੁਹਾਡੀਆਂ ਕੋਈ ਜੋਤਾਂ ਨਹੀਂ ਸੀ ਮੰਦਰਾਂ 'ਚ ਜਗਣੀਆਂ ਮੋਟੇ ਮੋਟੇ ਟਾਲ ਲਾਏ ਜਿਹੜੇ ਵਜਾਉਂਦੇ ਆ ਇਹ ਸਭ ਗੁਰੂ ਤੇਗ ਬਹਾਦਰ ਸਾਹਿਬ ਦੀ ਦੇਣ ਹਿੰਦੂ ਵੀਰਾਂ ਨੂੰ ਬੇਨਤੀ ਕਰਦਾ ਮੈਂ ਜਿੱਥੇ ਜਗਰਾਤੇ ਆਰਤੀਆਂ ਕਰਾਉਂਦੇ ਆ ਰਲ ਮਿਲ ਕੇ ਸਾਜ ਪਾਠ ਖੰਡ ਪਾਠ ਸਾਹਿਬ ਕਰਾਇਆ ਕਰੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਬੀ ਦੇ ਨਾਲ ਦੀਵੇ ਜਿਹੜੇ ਮੰਦਰਾਂ 'ਚ ਬਲਦੇ ਪਏ ਹੋ ਤੇ ਜਿਹੜੀ ਉਹਨਾਂ ਦੀਆਂ ਆਂਦਰਾਂ ਸੀ ਉਹਦੀਆਂ ਬੱਤੀਆਂ ਵੱਟ ਕੇ ਜੇ ਅੱਜ ਕੇਵਲ ਤੇ ਕੇਵਲ ਮੰਦਰਾਂ ਦੇ ਵਿੱਚ ਜੋਤਾਂ ਜਗਦੀਆਂ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਦੇਣ ਆ ਹਿੰਦੂ ਵੀਰਾਂ ਨੂੰ ਬੇਨਤੀ ਕਰਦਾ ਮੈਂ ਜਿੱਥੇ ਜਗਰਾਤੇ ਆਰਤੀਆਂ ਕਰਾਉਂਦੇ ਆ ਰਲ ਮਿਲ ਕੇ ਸਾਜ ਪਾਠ ਖੰਡ ਪਾਠ ਸਾਹਿਬ ਕਰਾਇਆ ਕਰੋ ਤੇ ਖਾਲਸੇ ਦੇ ਨਾਲ ਜੋਤਾਂ ਨਾ ਕਰੋ ਇਹਨਾਂ ਨੇ ਹੀ ਗੁਰੂ ਦੇ ਪਿਆਰ ਵਾਲਿਓ ਤੁਹਾਡੇ ਕੰਮ ਆਉਣਾ ਤੁਹਾਡੇ ਭਰਾ ਵਾ ਅਸੀਂ ਤੁਹਾਡੇ ਉਸ ਹੁਕਮਨਾਮੇ ਦੀ ਪਾਲਣਾ ਕਰਦੇ ਹਾਂ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਹੋਂ ਜਿੰਨਾ ਕੀ ਪਕੜੀਏ ਸਿਰ ਦੀਜੇ ਧਰਮ ਨਾ ਛੋੜੀਏ ਅੱਜ ਵੀ ਤੁਹਾਡੀ ਬਾਂਹ ਨਹੀਂ ਛੱਡਦੇ ਜੇ ਤੁਸੀਂ ਸਾਡੇ ਨਾਲ ਮਿਲ ਜੁੜ ਕੇ ਚੱਲੋ ਤੇ ਨਾ ਵਧੀਕੀਆਂ ਕਰੋ ਪੰਥ ਖਾਲਸੇ ਦੇ ਨਾਲ ਤੇ ਅੱਜ ਵੀ ਤੁਹਾਡੀ ਬਾਂਹ ਗੁਰੂ ਤੇਗ ਬਹਾਦਰ ਸਾਹਿਬ ਨੇ
गुरु ग्रंथ साहब ने जिहड़ा पूरी मनुखता दा गुरु आ उसने बांह फड़ी आ दास जहदार बाबा प्रगट सिंह गुरुद्वारा कालगढ़ साहब अते गुरु दे प्यार वालियो साडे पंथ रतन बाबा मेजर सिंह जी सोढ़ी जेड़े अज उथो नगर कीर्तन की रवानगी लैके तुरे ते उन्हां दे नाल सारियां रंगरेटियां दियां जथेबंदियां जिथे रंगरेटियां दियां जथेबंदियां जिथे दूसरियां जथेबंदियां संपड़तावां महापुरश सारियां नूं बेनती करदे आं इतिहास बोलदियां अनेकां प्रकार दियां टुटियां रह गईयां इह लोक आवाज भाई निशान सिंह टीवी दे नाल अज गुरु दे प्यार वाले सांझ पाओ आखो जी वाहेगुरु जी का खालसा वाहेगुरु जी की फतेह। दर्शको तुसी तस्वीरां वेख रहे सी गुरुद्वारा कालगढ़ साहब जो कि फिरोजपुर फाजिलका रोड ते हाईवे ते पैंदा है जिथे के बाबा जी दियां लाडलियां फौजां गुरु साहिब जी दियां निहंग सिंह जथेबंदियां दे आगू घर बैठे ने बाबा प्रगट सिंह जी जिन्हां ने जो गुरु तेग बहादुर साहब जी दे इतिहास की जानकारी दी है जो दिल्ली दे विच जो वापरिया सी। दर्शको इस वीडियो नूं वध तों वध शेयर कर दिओ। तुसी वेख रहे सी लोकां दी आवाज़ टीवी चैनल ते मैं निशान सिंह मेरे नाल सी कैमरामैन सहयोगी तुहाडा बहुत बहुत धन्नवाद। वाहेगुरु जी का खालसा वाहेगुरु जी की फतेह। गाज गज करा जावे सो निहाल जावे गुरु तेग बहादुर साहब नूं पावे निहाल जावे अकाल चिट्टियां बाजां वालियो सतगुरु रख लियो बिरद बने दी लाज चितो गुप्त शीतो सिंह सरबत गुरु खालसा सिंह साहब जी को सत श्री अकाल बाकियां फौजां दे मालिक सतगुरु फौजां रखणियां त्यार पर त्यार सोडी सच्चे पातशाह जीओ आप जी दा पंथ खालसा जपे अकाल अकाल देख तेग फतेह खालसे दी हर मैदान फतेह ए आ चढ़दी कला दा प्रतीत गुरु का चकारे वाहेगुरु जी का खालसा वाहेगुरु जी की फतेह।